ਅੱਜ ਅਸੀਂ ਇੱਕ ਡੋਰ ਟੂ ਡੋਰ ਰੱਖਿਆ ਸੀਗਾ, ਜਿਹੜਾ ਕਿ ਬਹੁਤ ਹੀ ਵੱਡਾ ਰੋਡ ਸ਼ੋਅ ਦਾ ਉਹਨੇ ਰੂਪ ਲੈ ਲਿਆ। ਅੱਜ ਬਿੱਟੂ ਜੀ ਆਏ ਹੈ ਤਾਂ ਬਸ ਆਪਾਂ ਉਹਨਾਂ ਨੂੰ ਜਿਤਾ ਕੇ ਹੁਣ ਭੇਜਣਾ, ਅਤੇ ਮੋਦੀ ਜੀ ਨੂੰ ਆਪਾਂ ਪਹਿਲੀ ਵਾਰੀ ਲੁਧਿਆਣੇ ਦੀ ਸੀਟ ਵੀ ਉਹਨਾਂ ਦੇ ਪੈਰਾਂ 'ਚ ਪਾਉਣੀ ਹੈ। ਕਾਂਗਰਸ ਦੇ ਆਪ ਨੇ ਝਾੜੂ ਵਾਲਿਆਂ ਨੇ ਕੀ ਕਰ ਲਿਆ, ਝਾੜੂ ਹੀ ਫੇਰਤਾ ਪੂਰੇ ਵਪਾਰ ਤੋਂ। ਵਪਾਰੀ ਲੈਣ ਕਹਿੰਦੇ ਬੇਵਕੂਫਾਂ ਦੀ ਸਰਕਾਰਾਂ ਸੀ, ਅਤੇ ਹੁਣ ਆਉਣਗੇ ਬਿੱਟੂ ਸਾਹਿਬ ਆਉਣਗੇ, ਮੈਂ ਤਾਂ ਕਹਿੰਦਾ ਐਮ ਪੀ ਨਹੀਂ ਬਣਨਗੇ, ਅੱਗੇ ਆ ਗਿਆ ਸੀ ਐਮ ਚਿਹਰਾ ਮਿਲ ਗਿਆ ਸਾਨੂੰ, ਅਤੇ ਬਿਲਕੁਲ ਸਾਡੀ ਸਰਕਾਰ ਵੀ ਆਏਗੀ। ਅੱਜ ਸਾਨੂੰ ਨਿਕਲ ਨਹੀਂ ਹੋ ਰਿਹਾ ਸੀ, ਸਾਡਾ ਇੱਕ ਘੰਟੇ ਦਾ ਪ੍ਰੋਗਰਾਮ ਸੀ ਔਰ ਸਾਨੂੰ ਡੇਢ ਘੰਟਾ ਹੋ ਗਿਆ ਵੇ, ਔਰ ਸਾਡੇ ਕੋਲ ਜੇ 25 ਪੈਸੇ ਜਿਹੜਾ ਵੇ ਉਹ ਦੁਕਾਨਾਂ 'ਤੇ ਘੁੰਮਿਆ ਗਿਆ ਵੇ, ਕਿਉਂਕਿ ਹਰ ਜਿਹੜਾ ਵੀਰ, ਹਰ ਮੇਰੀ ਭੈਣ, ਹਰ ਮੇਰੇ ਦੁਕਾਨਦਾਰ ਜਿਹੜੇ ਵੀਰ ਨੇ ਉਹ ਸਵਾਗਤ ਕਰ ਰਹੇ ਨੇ। ਜਨ ਹਿਤੇਸ਼ੀ, TRP ਨਹੀਂ ਭਰੋਸਾ ਆਪਕਾ। ਅੱਜ ਬਿੱਟੂ ਜੀ ਆਏ ਹੈ ਤਾਂ ਬਸ ਆਪਾਂ ਉਹਨਾਂ ਨੂੰ ਜਿਤਾ ਕੇ ਹੁਣ ਭੇਜਣਾ, ਅਤੇ ਮੋਦੀ ਜੀ ਨੂੰ ਆਪਾਂ ਪਹਿਲੀ ਵਾਰੀ ਲੁਧਿਆਣੇ ਦੀ ਸੀਟ ਵੀ ਉਹਨਾਂ ਦੇ ਪੈਰਾਂ 'ਚ ਪਾਉਣੀ ਹੈ। ਉੱਪਰ ਮੋਦੀ ਜੀ ਹੈ, ਥੱਲੇ ਅਜੇ ਐਮ ਪੀ ਆਪਣਾ ਹੋਏਗਾ ਤਾਂ ਤਰੱਕੀ ਬਿਲਕੁਲ ਹੋਏਗੀ ਹੋਏਗੀ। ਕਾਂਗਰਸ ਦੇ ਆਪ ਨੇ ਝਾੜੂ ਵਾਲਿਆਂ ਨੇ ਕੀ ਕਰ ਲਿਆ, ਝਾੜੂ ਹੀ ਫੇਰਤਾ ਪੂਰੇ ਵਪਾਰ 'ਤੇ, ਅਤੇ ਹੁਣ ਆਬਵੀਅਸਲੀ BJP ਆਏਗੀ। ਸੈਂਟਰ ਤੋਂ ਪਹਿਲੇ ਵੀ ਉਮੀਦ ਸੀ, ਪਰ ਇੱਥੇ ਸਰਕਾਰਾਂ ਹੀ ਕੀ ਗਈ ਹੈ, ਹੁਣ ਵਪਾਰੀ ਲੈਂਗੁਏਜ ਕਹਿੰਦੇ ਬੇਵਕੂਫਾਂ ਦੀ ਸਰਕਾਰਾਂ ਸੀ, ਅਤੇ ਹੁਣ ਆਉਣਗੇ ਬਿੱਟੂ ਸਾਹਿਬ ਆਉਣਗੇ, ਮੈਂ ਤਾਂ ਕਹਿੰਦਾ ਐਮ ਪੀ ਨਹੀਂ ਬਣਨਗੇ, ਅੱਗੇ ਆ ਗਿਆ ਸੀ ਐਮ ਚਿਹਰਾ ਮਿਲ ਗਿਆ ਸਾਨੂੰ, ਅਤੇ ਬਿਲਕੁਲ ਸਾਡੀ ਸਰਕਾਰ ਵੀ ਆਏਗੀ। ਭਾਅ ਜੀ ਜਦ ਉੱਪਰ ਹੀ ਬੰਦੇ ਇਹੋ ਜਿਹੇ ਬੈਠੇ ਹੋਣਗੇ ਜਿਹੜੇ ਕੰਮ ਹੀ ਨਾ ਕਰਨ ਦੇ ਹਨ, ਉਹਨਾਂ ਨੇ ਤਾਂ ਦੰਗੇ ਕਰਾਉਣੇ ਆ ਜਾਂ ਲੜਾਈਆਂ ਕਰਾਉਣੀਆਂ, ਤਾਂ ਉਹ ਵਿਚਾਰੇ ਬਿੱਟੂ ਸਾਹਿਬ ਕੀ ਕਰ ਲੈਣਗੇ। ਬਿਲਕੁਲ ਸ਼ਹਿਰੀ ਵੋਟ ਖੜਾ ਹੋਏਗਾ ਨਾਲ, ਵਪਾਰੀ ਨਾਲ ਖੜਾ ਹੋਏਗਾ, ਅੱਜ ਵਪਾਰੀ ਤੰਗ ਹੀ ਹੈ, ਵਪਾਰੀ ਬਿਲਕੁਲ ਨਾਲ ਖੜਾ ਹੋਏਗਾ। ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ, ਭਾਰਤ ਮਾਤਾ ਕੀ ਜੈ। ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਜਨੀਸ਼ ਧੀਮਾਨ ਅਤੇ ਸਾਡੇ ਸੈਂਟਰ ਹਲਕਾ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਵੀ ਜੀ ਅਤੇ ਉਹਨਾਂ ਨਾਲ ਮੋਨੂ ਜਨੇਜਾ ਜੀ ਦੀ ਅਗਵਾਈ ਦੇ ਵਿੱਚ ਮੰਡਲ ਦੇ ਸਾਰੇ ਸਾਥੀਆਂ ਦੇ ਨਾਲ, ਅਤੇ ਅੱਜ ਅਸੀਂ ਇੱਕ ਡੋਰ ਟੂ ਡੋਰ ਰੱਖਿਆ ਸੀਗਾ, ਜਿਹੜਾ ਕਿ ਬਹੁਤ ਹੀ ਵੱਡਾ ਰੋਡ ਸ਼ੋਅ ਦਾ ਉਹਨੇ ਰੂਪ ਲੈ ਲਿਆ। ਇੰਨਾ ਮਾਣ, ਇੰਨਾ ਪਿਆਰ ਬਿੱਟੂ ਜੀ ਨੂੰ ਜਗ੍ਹਾ, ਇੱਕ ਇੱਕ ਇਕੱਲੀ ਇਕੱਲੀ ਦੁਕਾਨ ਤੋਂ ਇਕੱਲੇ ਇਕੱਲੇ ਇਨਸਾਨ ਨੇ ਭਰਵਾ ਹੰਗਾਰਾ ਦਿੱਤਾ, ਭਰਪੂਰ ਪਿਆਰ ਦਿੱਤਾ। ਮੈਂ ਸਾਰੇ ਹੀ ਵਾਰਡ ਵਾਸੀਆਂ ਦਾ, ਸਾਰੇ ਮੌਜ ਬੁਝਾ ਪੂਰਾ ਬਾਜ਼ਾਰ, ਸਾਰੇ ਹੀ ਟਰੰਕ ਵਾਲੇ ਬਾਜ਼ਾਰ, ਸਾਰੇ ਹੀ ਬਾਗ ਵਾਲੀ ਗਲੀ, ਸਭ ਦਾ ਮੈਂ ਤਹੇ ਦਿਲੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ, ਧੰਨਵਾਦ ਕਰਦਾ। ਅੱਜ ਜੀ ਰਵਨੀਤ ਬਿੱਟੂ ਜੀ ਮੌਜਪੁਰੇ ਬਾਜ਼ਾਰ 'ਚ ਆਏ ਹੈ, ਸ਼ੋਲਾ ਦੇ ਬਾਜ਼ਾਰ 'ਚ। ਉਹਨਾਂ ਦੇ ਨਾਲ ਅਸੀਂ ਸਮਰਥਨ ਕਰਦੇ ਹਾਂ, ਅਸੀਂ ਬਾਹਰ ਜਣੇ ਉਹਨਾਂ ਨੂੰ ਵੋਟ ਪਾ ਕੇ ਬਾਰੀ ਮੱਤ ਤੋਂ ਜਿਤਾਵਾਂਗੇ, ਅਤੇ ਆਪਾਂ ਮੋਦੀ ਦੇ ਨਾਲ ਹੈ, ਅਤੇ ਆਪਾਂ ਸਾਨੂੰ ਵਿਸ਼ਵਾਸ ਹੈ ਕਿ ਇਸ ਵਾਰ 400 ਦੇ ਪਾਰ ਜਾਏਗੀ ਮੋਦੀ ਸਰਕਾਰ ਜੀ। ਹਰ ਹਰ ਮੋਦੀ, ਘਰ ਘਰ ਮੋਦੀ। ਐਸੋਸੀਏਸ਼ਨ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਹਰ ਤਰ੍ਹਾਂ ਦੇ BJP ਦੇ ਸਮਰਥਨ ਦੇ ਨਾਲ ਰਵਾਂਗੇ, ਅਤੇ ਹਰ ਪਾਸੋਂ ਬਿੱਟੂ ਜੀ ਸਾਡਾ ਸਹਿਯੋਗ ਕਰਨਗੇ। ਬਹੁਤ ਵਧੀਆ ਸਵਾਗਤ ਕੀਤਾ ਜੀ। ਦੇਖੋ ਅੱਜ ਹਲਕਾ ਸੈਂਟਰ ਦੇ ਵਿੱਚ ਰਵਨੀਤ ਬਿੱਟੂ ਜੀ ਦਾ ਰੋਡ ਸ਼ੋਅ ਹੋ ਰਿਹਾ ਡੋਰ ਟੂ ਡੋਰ, ਔਰ ਜਿਸ ਤਰੀਕੇ ਦੇ ਨਾਲ ਹਜ਼ਾਰਾਂ ਦੇ ਹਿਸਾਬ ਦੇ ਨਾਲ ਸਾਡੇ ਦੁਕਾਨਦਾਰ, ਮੇਰੇ ਵੀਰ, ਮੇਰੇ ਭਰਾ, ਮੇਰੀਆਂ ਭੈਣਾਂ ਇਕੱਠੇ ਹੋ ਕੇ ਬਿੱਟੂ ਜੀ ਦਾ ਸਵਾਗਤ ਕਰ ਰਹੇ ਨੇ, ਉਹ ਆਪਾਂ ਸਾਰੇ ਦੇਖ ਰਹੇ ਹਾਂ। ਮੈਂ ਤਾਂ ਸਾਰੇ ਇਲਾਕਾ ਵਾਸੀਆਂ ਨੂੰ ਇੱਕ ਪ੍ਰਾਰਥਨਾ ਕਰਾਂਗਾ, ਆਓ ਅੱਜ ਮੌਕਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਜਿਹੜਾ ਵੇ ਉਹ ਰਮਨੀਤ ਬਿੱਟੂ ਜੀ ਨੂੰ ਵੋਟਾਂ ਪਾ ਕੇ ਕਮ ਸੇ ਕਮ 2 ਲੱਖ ਤੋਂ ਵੱਧ ਵੋਟਾਂ ਦੇ ਜਿਹੜਾ ਵੇ ਅਸੀਂ ਲੁਧਿਆਣੇ ਦੇ ਉਹਨਾਂ ਨੂੰ ਜਿਤਾ ਕੇ ਭੇਜੀਏ।
ਵਪਾਰੀ ਤੁਹਾਡੇ ਸਾਹਮਣੇ ਜੀ, ਅੱਜ ਸਾਨੂੰ ਨਿਕਲ ਨਹੀਂ ਹੋ ਰਿਹਾ ਸੀ, ਸਾਡਾ ਇੱਕ ਘੰਟੇ ਦਾ ਪ੍ਰੋਗਰਾਮ ਸੀ ਔਰ ਸਾਨੂੰ ਡੇਢ ਘੰਟਾ ਹੋ ਗਿਆ ਵੇ, ਔਰ ਸਾਡੇ ਕੋਲ ਜੇ 25 ਪੈਸੇ ਜਿਹੜਾ ਵੇ ਉਹ ਦੁਕਾਨਾਂ 'ਤੇ ਘੁੰਮਿਆ ਗਿਆ ਵੇ, ਕਿਉਂਕਿ ਹਰ ਜਿਹੜਾ ਵੀਰ, ਹਰ ਮੇਰੀ ਭੈਣ, ਹਰ ਮੇਰੇ ਦੁਕਾਨਦਾਰ ਜਿਹੜੇ ਵੀਰ ਨੇ ਉਹ ਸਵਾਗਤ ਕਰ ਰਹੇ ਨੇ।